ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਨੀਪਾਲ ਸਿੰਘ, ਪਿੰਡ ਖਜਾਲਾ, ਜ਼ਿਲ੍ਹਾ ਅੰਮ੍ਰਿਤਸਰ। ਮੇਰੇ ਫਾਦਰ ਸਾਹਿਬ ਸਰਦਾਰ ਸ਼ਿੰਗਾਰਾ ਸਿੰਘ, ਇਹਨਾਂ ਨੂੰ ਲੀਵਰ ਦੀ ਪ੍ਰੋਬਲਮ ਸੀ, ਜੋ ਕਿ 4 ਸਾਲ ਹੋ ਗਿਆ ਇਹਦੀ ਲੀਵਰ ਦੀ ਪ੍ਰੋਬਲਮ ਸੀ। ਸਾਨੂੰ ਫਿਰ ਡਾਕਟਰਾਂ ਦੀ ਸਲਾਹ ਮਿਲੀ ਕਿ ਲੀਵਰ ਟਰਾਂਸਪਲਾਂਟ ਇਹਨਾਂ ਲਈ ਬੈਸਟ ਆ। ਫਿਰ ਅਸੀਂ ਜੀ, ਸਾਨੂੰ ਪਤਾ ਲੱਗਿਆ ਜੀ ਮਰਿੰਗੋ ਏਸ਼ੀਅਨ ਹੋਸਪਿਟਲ ਡਾਕਟਰ ਪੁਨੀਤ ਸਿੰਗਲਾ ਸਾਹਿਬ ਦਾ, ਉਹਨਾਂ ਸਾਨੂੰ ਦੱਸਿਆ ਕਿ ਉੱਥੇ ਬਹੁਤ ਜ਼ਿਆਦਾ ਰਿਜ਼ਲਟ ਆ, ਟਰਾਂਸਪਲਾਂਟ ਲਈ ਸਭ ਤੋਂ ਬੈਸਟ ਹੋਸਪਿਟਲ ਆ। ਅਤੇ ਫਿਰ ਅਸੀਂ ਉੱਥੇ ਆਏ ਜੀ, ਵਿਜਿਟ ਕੀਤਾ ਜੀ। ਸਾਨੂੰ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਕਿ ਮਰਿੰਗਾ ਏਸ਼ੀਆ ਹੋਸਪਿਟਲ 'ਚ ਡਾਕਟਰ ਪੁਨੀਤ ਸਿੰਗਲਾ ਸਾਹਿਬ ਨੇ ਸਾਨੂੰ ਬਹੁਤ ਅੱਛਾ ਗਾਈਡ ਕੀਤਾ। ਫਿਰ ਅਸੀਂ ਹੁਣ ਆਪਣਾ ਟਰਾਂਸਪਲਾਂਟ ਮਰਿੰਗੋ ਏਸ਼ੀਆ ਹੋਸਪਿਟਲ 'ਚ ਕਰਵਾਇਆ ਜੀ। ਡਾਕਟਰ ਪੁਨੀਤ ਸਿੰਗਲਾ ਸਾਹਿਬ ਦੀ ਟੀਮ ਨੇ ਬਹੁਤ ਵਧੀਆ ਵਰਕ ਕੀਤਾ ਅਤੇ ਅੱਜ ਰਿਜ਼ਲਟ ਬਹੁਤ ਅੱਛਾ ਮਿਲਿਆ ਜੀ। ਅਤੇ ਬਾਕੀ ਸ਼ਿੰਗਾਰਾ ਸਿੰਘ ਜੀ ਆਪ ਦੱਸ ਦੇਣਗੇ ਜੀ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ। ਮੈਂ ਜੀ ਬੜੇ ਚੇਤ ਤੋਂ ਇਸ ਤਸਵੀਰ ਤੋਂ ਪੀੜਿਤ ਸੀ, ਜੋ ਕਿ ਮੈਨੂੰ ਡਾਕਟਰ ਸਾਹਿਬ ਉਹਨਾਂ ਨੇ ਬਹੁਤ ਇੱਕ ਨਵੀਂ ਜ਼ਿੰਦਗੀ ਬਖਸ਼ ਦਿੱਤੀ ਆ। ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਇਹਨਾਂ ਦੇ ਸਟਾਫ ਦਾ ਬਿਲਕੁਲ ਜਾਇਜ਼ ਖਰਚਾ, ਇਹਨਾਂ ਦਾ ਕੋਈ ਨਜਾਇਜ਼ ਚੀਜ਼ ਨਹੀਂ ਚੱਲ ਰਹੀ, ਬਹੁਤ ਵਧੀਆ ਅਤੇ ਬੜੀ ਆਸਾਨੀ ਦੇ ਨਾਲ ਇਲਾਜ ਹੋਇਆ। ਸਤਿ ਸ਼੍ਰੀ ਅਕਾਲ। ਬਾਕੀ ਗੁਰਵੀਰ ਸਿੰਘ ਡੋਨਰ ਆ ਜੀ, ਇਹਨਾਂ ਦੇ ਮੈਨੂੰ ਕੋਈ ਤਾਂ ਦੁੱਖ ਤਕਲੀਫ ਹੈਗੀ ਜੀ, ਬਹੁਤ ਵਧੀਆ ਜੀ। ਅੱਜ ਓਪਰੇਟ ਹੋਏ ਨੂੰ 11 ਦਿਨ ਹੋ ਗਏ ਆ, ਅਤੇ ਡਾਕਟਰ ਸਾਹਿਬ ਦੀ ਟੀਮ ਨੇ ਬਹੁਤ ਛੇਤੀ ਇਹਨੂੰ ਰਿਕਵਰ ਕੀਤਾ। ਬਾਕੀ ਗੁਰਵੀਰ ਸਿੰਘ ਦੱਸ ਦੇਣਗੇ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਵੀਰ ਸਿੰਘ, ਪਿੰਡ ਸ਼ਾਮਨਗਰ, ਜ਼ਿਲ੍ਹਾ ਅੰਮ੍ਰਿਤਸਰ ਜੀ। ਇਹ ਮੇਰੇ ਫੁੱਫੜ ਜੀ ਹੈ ਜੀ, ਸਰਦਾਰ ਸ਼ਿੰਗਾਰਾ ਸਿੰਘ। ਇਹਨਾਂ ਨੂੰ ਲੀਵਰ ਦੀ ਪ੍ਰੋਬਲਮ ਸੀ ਅਤੇ ਮੇਰੇ ਭਰਾ ਹਨੀਪਾਲ ਸਿੰਘ ਨੇ ਮੈਨੂੰ ਬਤਾਇਆ ਕਿ ਲੀਵਰ ਦੀ ਪ੍ਰੋਬਲਮ ਹੈ ਅਤੇ ਤੇਰੇ ਲੀਵਰ ਨਾ ਇਹ ਠੀਕ ਹੋ ਸਕਦੇ, ਅਤੇ ਮੈਂ ਆਪਣਾ ਲੀਵਰ ਜੋ ਡਾਕਟਰਾਂ ਦੀ ਸਲਾਹ ਨਾ ਦਿੱਤਾ ਅਤੇ ਹੁਣ ਮੈਂ ਵੀ ਬਿਲਕੁਲ ਠੀਕ ਹੈ ਅਤੇ ਮੇਰੇ ਫੁੱਫੜ ਜੀ ਵੀ ਬਿਲਕੁਲ ਠੀਕ ਹੈ। ਅਤੇ ਜਦੋਂ ਵੀ ਤੁਸੀਂ ਇਲਾਜ ਕਰਾਉਣ ਆਉਣਾ ਹੈ ਇੱਥੇ ਹੀ ਆਉਣਾ। ਪੇਸ਼ੈਂਟ ਸ਼ਿੰਗਾਰਾ ਸੀ ਜੋ ਕਿ ਅੰਮ੍ਰਿਤਸਰ ਤੋਂ ਸਾਡੇ ਕੋਲ ਆਏ ਸਨ। ਇਹ ਪਿਛਲੇ 4 ਸਾਲ ਤੋਂ ਸਿਰੋਸਿਸ ਨਾਲ ਗ੍ਰਸਿਤ ਸਨ। ਇਹਨਾਂ ਨੂੰ ਪੀਲੀਆ, ਪੇਟ 'ਚ ਪਾਣੀ, ਪੈਰਾਂ 'ਚ ਸੋਜਿਸ਼, ਕਦੀ ਕਦੀ ਕਫਲਤ, ਅਜੇ ਲੀਵਰ ਦੇ ਵਿੱਚ ਟਿਊਮਰ ਵੀ ਡਿਟੈਕਟ ਹੋਇਆ ਸੀ। ਸੋ ਇਹਨਾਂ ਨੂੰ ਲੀਵਰ ਸਿਰੋਸਿਸ ਡਿਟੈਕਟ ਹੋਇਆ, ਨਾ ਲੀਵਰ ਦਾ ਕੈਂਸਰ ਸੀਗਾ। ਉਹਦੇ ਮੱਦੇਨਜ਼ਰ ਇਹਨਾਂ ਨੂੰ ਲੀਵਰ ਟ੍ਰਾਂਸਪਲਾਂਟ ਚਾਹੀਦਾ ਸੀਗਾ। ਇਹਨਾਂ ਦੇ ਡੋਨਰ ਇਹਨਾਂ ਦੇ ਭਤੀਜੇ ਬਣੇ। ਉਹਨਾਂ ਦੀ ਫਿਟਨੈਸ ਦੇਖਣ ਤੋਂ ਬਾਅਦ ਦੋਨਾਂ ਦਾ ਟ੍ਰਾਂਸਪਲਾਂਟ ਕੀਤਾ ਗਿਆ। ਲੀਵਰ ਕੈਂਸਰ ਦੇ ਵਿੱਚ ਇੱਕ ਖਾਸ ਧਿਆਨ ਦੇਣ ਦੀ ਗੱਲ ਹੁੰਦੀ ਹੈ ਕਿ ਅਸੀਂ ਪੈਟ ਸੀਟੀ ਸਕੈਨ ਕਰਦੇ ਹਾਂ ਦੇਖਣ ਦੇ ਲਈ ਕਿ ਲੀਵਰ ਕੈਂਸਰ ਕਿਤੇ ਬਾਹਰ ਤਾਂ ਨਹੀਂ ਫੈਲਿਆ ਹੋਇਆ। ਜੇ ਲੀਵਰ ਕੈਂਸਰ ਲੀਵਰ ਦੇ ਅੰਦਰ ਹੈ ਤਾਂ ਸਕਸੈਸਫੁਲੀ ਕੁਝ ਕੇਸਿਸ ਦਾ ਟ੍ਰਾਂਸਪਲਾਂਟ ਕੀਤਾ ਜਾ ਸਕਦਾ। ਇਹ ਲੱਕੀਲੀ ਉਸ ਕ੍ਰਾਈਟੀਰੀਆ ਦੇ ਵਿੱਚ ਫਿੱਟ ਹੋ ਰਹੇ ਸਨ ਅਤੇ ਇਹਨਾਂ ਦਾ ਟ੍ਰਾਂਸਪਲਾਂਟ ਹੋਇਆ। ਜਿਹੜੇ ਡੋਨਰ ਹੈਗੇ ਨੇ ਉਹ ਤਕਰੀਬਨ 3-4 ਦਿਨ ਡਿਸਚਾਰਜ ਹੋ ਗਏ। ਇੰਨੇ ਫਿੱਟ ਸੀਗੇ ਅਤੇ ਇੰਨੇ ਫਿਜ਼ੀਕਲੀ ਐਕਟਿਵ ਨੇ ਅਤੇ ਵਾਪਸ ਦੂਜੇ ਹਫ਼ਤੇ ਜਾ ਕੇ ਉਹਨਾਂ ਨੇ ਵਾਪਸ ਆਪਣੀ ਖੇਤੀ ਸ਼ੁਰੂ ਕਰਤੀ ਹੈਗੀ ਹੈ। ਅੱਜ ਆਪਣਾ ਖੇਤੀ ਦਾ ਕੰਮ ਪੂਰਾ ਕਰ ਪਾ ਰਹੇ ਨੇ ਅਤੇ ਜਿਹੜੇ ਪੇਸ਼ੈਂਟ ਹੈ ਉਹ ਵੀ ਆਪਣੇ ਘਰੇ ਨੋਰਮਲ ਹੈਲਥ ਦੇ ਵਿੱਚ ਨੋਰਮਲ ਜ਼ਿੰਦਗੀ ਜੀ ਰਹੇ ਨੇ। ਸੋ ਲੀਵਰ ਦੇ ਕੈਂਸਰ ਦੇ ਪੇਸ਼ੈਂਟਸ ਨੂੰ ਹਤਾਸ਼ ਹੋਣ ਦੀ ਲੋੜ ਨਹੀਂ ਹੈ। ਲੀਵਰ ਕੈਂਸਰ ਦੇ ਲਈ ਬਹੁਤ ਸਾਰੇ ਟ੍ਰੀਟਮੈਂਟ ਆਪਸ਼ਨਸ ਅਵੇਲੇਬਲ ਨੇ। ਪੇਸ਼ੈਂਟ ਦੀ ਬਿਮਾਰੀ, ਪੇਸ਼ੈਂਟ ਦੀ ਬਿਮਾਰੀ ਦਾ ਸਟੇਟਸ ਮਤਲਬ ਲੀਵਰ ਦੀ ਹਾਲਤ ਅਤੇ ਲੀਵਰ ਦੇ ਕੈਂਸਰ ਦੇ ਸਟੇਟਸ ਦੇ ਹਿਸਾਬ ਨਾਲ ਉਹਨਾਂ ਨੂੰ ਟ੍ਰੀਟਮੈਂਟ ਰਿਕਮੈਂਡ ਕੀਤਾ ਜਾਂਦਾ ਹੈ। ਕੁਝ ਪੇਸ਼ੈਂਟਸ ਦਾ ਟਿਊਮਰ ਜਲਾਉਣ ਦੇ ਲਾਇਕ ਹੁੰਦਾ ਹੈ, ਕੁਝ ਪੇਸ਼ੈਂਟਸ ਦਾ ਕੀਮੋਥੈਰੇਪੀ ਲਾਇਕ ਹੁੰਦਾ ਹੈ, ਕੁਝ ਪੇਸ਼ੈਂਟਸ ਦਾ ਸਰਜਰੀ ਲਾਇਕ ਹੁੰਦਾ ਹੈ ਅਤੇ ਕੁਝ ਚੁਣਿੰਦਾ ਪੇਸ਼ੈਂਟਸ ਨੂੰ ਲੀਵਰ ਟ੍ਰਾਂਸਪਲਾਂਟ ਦੇ ਲਾਇਕ ਵੀ ਹੁੰਦਾ ਹੈ। ਜੇ ਉਹਨਾਂ ਪੇਸ਼ੈਂਟਸ ਦਾ ਲੀਵਰ ਟ੍ਰਾਂਸਪਲਾਂਟ ਟਾਈਮਲੀ ਹੋ ਜਾਵੇ ਤਾਂ ਉਹ ਅੱਗੇ ਚੰਗੀ ਜ਼ਿੰਦਗੀ ਲਾਈਫ ਜੀ ਸਕਦੇ।